ਅਵਾਰਾ ਕੁੱਤਿਆਂ ਨੇ ਇੱਕ ਔਰਤ ਨੂੰ ਨੋਚ-ਨੋਚ ਕੇ ਖਾ ਲਿਆ। 15 ਤੋਂ 20 ਕੁੱਤਿਆਂ ਨੇ ਆਤੰਕ ਮਚਾਇਆ, ਬੁਰੀ ਤਰ੍ਹਾਂ ਮਹਿਲਾ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੂੰਹ ਦਾ ਸਾਰਾ ਮਾਸ ਖਾ ਗਏ ਔਰ ਇਕੱਲਾ ਪਿੰਜਰਾ ਜਿਹੜਾ ਉਹ ਇੱਕ ਮੰਜੇ 'ਤੇ ਪਿਆ ਨਜ਼ਰ ਆ ਰਿਹਾ। ਇੱਕ ਹੋਰ ਮਹਿਲਾ ਉਸਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਗਏ, ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ। ਦੱਸਦੇ ਕਿ ਪਸ਼ੂਆਂ ਦੇ ਲਈ ਇਹ ਔਰਤ ਹਰਾ ਚਾਰਾ ਲੈਣ ਗਈ ਸੀ, ਜਿੱਥੇ 15 ਤੋਂ 20 ਕੁੱਤੇ ਇਸ ਨੂੰ ਪੈ ਗਏ ਔਰ ਬੁਰੀ ਤਰ੍ਹਾਂ ਨੋਚ ਕੇ ਖਾ ਗਏ। ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਪਸਨ ਕਦੀਮ ਦਾ ਹੈ। ਇੱਥੇ ਅਵਾਰਾ ਕੁੱਤਿਆਂ ਦਾ ਕਹਿਰ ਨਜ਼ਰ ਆਇਆ। ਜਾਣਕਾਰੀ ਮੁਤਾਬਿਕ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਇੱਕ ਛੋਟੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ ਸੀ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ ਸੀ। ਫਿਲਹਾਲ ਇੱਕ ਹੋਰ ਔਰਤ ਨੂੰ ਕਪੂਰਥਲਾ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਸਹਾਇਤਾ ਦੀ ਗੁਹਾਰ ਲਗਾਈ, ਨਾਲ ਹੀ ਕਿਹਾ ਕਿ ਅਵਾਰਾ ਕੁੱਤਿਆਂ ਤੇ ਪ੍ਰਸ਼ਾਸਨ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ। ਮੌਕੇ ਤੇ ਪਹੁੰਚ ਕੇ ਥਾਣਾ ਕਬੀਰਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਲਾਸ਼ ਨੂੰ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ। ਸੋ ਇੱਕ ਮਹਿਲਾ ਜੋ ਪ੍ਰਵਾਸੀ ਦੱਸੀ ਜਾ ਰਹੀ ਹੈ, ਹਰਾ ਚਾਰਾ ਲੈਣ ਗਈ ਸੀ ਤਾਂ ਰਸਤੇ ਦੇ ਵਿੱਚ 15 ਤੋਂ 20 ਕੁੱਤਿਆਂ ਨੇ ਉਸਨੂੰ ਨੋਚ ਨੋਚ ਕੇ ਖਾ ਲਿਆ ਔਰ ਉਸਦੀ ਦਰਦਨਾਕ ਮੌਤ ਹੋ ਗਈ। 7:15 ਮੈਂ ਘਰ ਮੈਂ ਆਇਆ ਹਾਂ। ਮੈਂ ਆਪਣੇ ਬੱਚੇ ਕੋ ਪੁੱਛਾ ਹੂੰ, ਮਾਂ ਕਹਾਂ ਹੈ? ਤੋ ਮੇਰੇ ਬੋਲਾਇਆ ਗਿਆ ਹੈ ਪਠਾ ਲੈਣੇ ਕੇ ਲਈ, ਪਾਪਾ ਦੇਖ ਕੇ ਆਓ, ਕਹੀਂ ਕੁੱਤਾ ਤਾਂ ਨਹੀਂ ਕੱਟ ਲਿਆ ਹੈ? ਤੋ ਗਿਆ ਹੂੰ ਤੋ ਆ ਕੇ ਮੈਂ 7:15 ਮੈਂ ਗਿਆ ਹੂੰ ਖੇਤ ਮੇਰੇ, ਦੇਖ ਰਿਹਾ ਕੁੱਤਾ ਖਾਇਆ ਹੁਆ। ਇਹ ਇੱਕ ਘਟਨਾ ਅੱਗੇ ਵੀ ਹੋ ਚੁੱਕਾ ਹੈ, ਕੁੱਤੇ ਨੇ ਖਾਇਆ, ਇੱਕ ਬੱਚੋਂ ਕੋ ਵੀ ਮੌਤ ਕਰ ਚੁੱਕੇ ਹੈ ਸਰ, ਔਰ ਇੱਕ ਅਭੀ ਜਨਾਨੀ ਹੈ ਹਸਪਤਾਲ ਮੈਂ ਦਾਖਿਲ ਹੋ ਰੁਕੇ ਹੈ। ਇਹ ਕੁੱਤਿਆਂ ਕੋ ਕਾਬੂ ਕੀਆ ਜਾਏ ਸਰ, ਕਿਆ ਗਰੀਬ ਬਣਤੇ ਹੈ, ਕਿਆ ਨਜਾਇਜ਼ ਕੰਮ ਕੀਏ ਹੈ, ਇਹ ਬਤਾਓ ਹਮਕੋ। ਜੋ ਇਨਕਾ ਜੋ ਹੈ ਕਾਟਾ ਗਿਆ ਸੀ, ਹਾਂਜੀ ਬਹੁਤ ਬੁਰੀ ਤਰ੍ਹਾਂ ਸੇ ਕੱਟ ਚੁੱਕਾ ਹੈ ਸਰ, ਹਾਂਜੀ ਹਾਂਜੀ, ਯਹੀ ਬਨ ਪੇ ਹੁਆ ਹੈ ਖੇਤ ਮੇ। ਕਿਆ ਨਾਮ ਲੜਕੀ ਦਾ? ਰਾਮਪਰੀ ਨਾਮ ਹੈ। ਹਾਂਜੀ ਕਦ ਸੇ ਰਹਿ ਰਹੇ ਹੋ ਆਪ? ਯਹਾਂ ਸੋ ਗਿਆ ਮੇਰੇ ਕੋ 30-35 ਸਾਲ ਹੋ ਗਿਆ ਸਰ। ਸਰ ਆਪ ਦੇਖੋ, ਆਪ ਜੋ ਸਰਕਾਰ ਜੇ ਮਦਦ ਕਰੇਂਗੇ ਤਾਂ ਹਮਕੋ ਚਾਹੀਏ ਹੀ ਹੈ, ਗਰੀਬ ਬੰਦੇ ਹੈ, ਕਹਾਂ ਸੇ ਹਮ ਲੇਂਗੇ? ਤਿੰਨ ਬੱਚੇ ਕਹਾਂ ਸੇ ਖਿਲਾਏਂਗੇ ਹਮ? ਅਭੀ ਇੱਕ 9 ਮਹੀਨਾ ਕਾ ਬੱਚਾ, ਇੱਕ 9 ਸਾਲ ਕਾ, ਇੱਕ 6 ਸਾਲ ਕਾ ਬੱਚਾ, ਕਹਾਂ ਸੇ ਖਿਲਾਏਂਗੇ ਸਰ ਇਨਕੋ ਖਾਣਾ? ਹਮਰੇ ਕੌਣ ਹੈ ਦੇਖਣੇ ਵਾਲਾ? ਕੋਈ ਵੀ ਨਹੀਂ ਹੈ ਦੇਖਣੇ ਵਾਲਾ। ਹਮਰੇ ਤਿੰਨ ਬੱਚਾ ਕੋ ਕੈਸੇ ਗੁਜ਼ਾਰਾ ਚੱਲੇਂਗੇ? ਹਮ ਦਿਹਾੜੀਦਾਰ ਮਜ਼ਦੂਰ ਬੰਦੇ ਹੈ, ਕੈਸੇ ਕੰਮ ਕਰੇਂਗੇ, ਕੈਸੇ ਖਿਲਾਏਂਗੇ? ਇਨਕੀ ਹੋ ਗਏ 30-35 ਕੀ ਉਮਰ ਹੈ? ਸਾਡੀ ਰਾਤ ਘਟਨਾ ਹੋਈ, ਇੱਕ ਗਰੀਬ ਪ੍ਰਵਾਸੀ ਪਰਿਵਾਰ ਇੱਥੇ ਰਹਿ ਰਿਹਾ ਜੀ, ਬੰਦੇ ਉੱਪਰ ਹੀ ਆਪਣਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਾਲ ਪੋਸ਼ਣ ਕਰਦੇ ਆ। ਰਾਤ ਲੱਗੇ ਸੀ, ਲਾਗੇ ਆਪਣੇ ਨਾ ਗਾਂ ਰੱਖੀ ਛੋਟੀ, ਉਹਦੇ ਵਾਸਤੇ ਪੱਠੇ ਲੈਣ ਗਈ ਸੀਗੀ। ਰਾਤ ਅਵਾਰਾ ਕੁੱਤਿਆਂ ਨੇ ਇਹਨੂੰ ਬੁਰੀ ਤਰ੍ਹਾਂ ਨਾਲ ਨੋਚ ਨੋਚ ਕੇ ਖਾ ਲਿਆ ਜੀ, ਤੇ ਇਸ ਦੀ ਡੈਥ ਹੋ ਗਈ ਆ। ਇਸ ਤੋਂ ਪਹਿਲਾਂ ਵੀ ਹਫ਼ਤਾ ਇੱਕ ਘਟਨਾ ਹੋਈ ਆ, ਬੱਚੇ ਨੂੰ ਖਾਧਾ ਆ, ਉਸ ਦੀ ਵੀ ਡੈਥ ਹੋ ਗਈ ਆ। ਇੱਕ ਉਸ ਤੋਂ ਇਲਾਵਾ ਇੱਕ ਜਨਾਨੀ ਹੋਰ ਸੀ, ਉਹ ਹਜੇ ਜੇਰੇ ਇਲਾਜ ਆ ਸਿਵਲ ਹਸਪਿਟਲ ਕਪੂਰਥਲਾ ਦੇ ਵਿੱਚ, ਉਸਨੂੰ ਵੀ ਬੁਰੀ ਤਰ੍ਹਾਂ ਖਾਧਾ, ਜੋ ਉਸਦਾ ਲੱਤਾਂ ਬਾਹਾਂ ਸਾਰੀਆਂ ਉਹ ਲਚਾਰ ਹੋ ਗਈ ਆ। ਨਹੀਂ ਉਹਨਾਂ ਨੂੰ ਵਰਬਲੀ ਉਹਨਾਂ ਦੇ ਨੋਟਿਸ ਵਿੱਚ ਲਿਆਂਦਾ ਗਿਆ, ਲੇਕਿਨ ਕਾਰਵਾਈ ਨਹੀਂ ਕੋਈ ਵੀ ਹਜੇ ਤੱਕ ਹੋਈ, ਤੇ ਅਖਬਾਰ ਦੇ ਵਿੱਚ ਵੀ ਦਿੱਤਾ ਸੀ ਪ੍ਰਿੰਟ ਮੀਡੀਆ ਦੇ ਵਿੱਚ। ਮੰਗ ਸਾਡੀ ਪ੍ਰਸ਼ਾਸਨ ਦੇ, ਇੱਕ ਤੇ ਇਹਨਾਂ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ, ਜੋ ਇਹਨਾਂ ਦੀ ਭਰਪਾਈ ਕੀਤੀ ਜਾਵੇ, ਜੋ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ। ਦੂਸਰਾ ਇਮੀਜੀਏਟਲੀ ਜਿਹੜਾ ਅਵਾਰਾ ਕੁੱਤੇ ਹੈਗੇ ਆ, ਇਹਨਾਂ ਨੂੰ ਕਿਸੇ ਨਾ ਕਿਸੇ ਖਾਤਮਾ ਕੀਤਾ ਜਾਵੇ, ਇਹਨਾਂ ਦਾ ਕਾਬੂ ਪਾਇਆ ਜਾਵੇ ਇਹਨਾਂ ਦੇ ਉੱਤੇ। ਇਹ ਤੀਸਰੀ ਘਟਨਾ ਜੀ। ਔਰ ਤੇ ਰਾਤ ਨੂੰ ਵੀ ਕੋਈ ਹਰ ਕੋਈ ਘਰ ਤੋਂ ਬਾਹਰ ਨਿਕਲਣ ਵਾਸਤੇ ਡਰਦਾ ਆ, ਕਿਸਾਨਾਂ ਨੇ ਵੀ ਆਪਣੀ ਮੋਟਰ ਤੇ ਖੇਤ ਤੇ ਜਾਣਾ ਹੁੰਦਾ ਕੰਮ ਕਰ, ਮਜ਼ਦੂਰ ਵੀ ਵਿਚਾਰੇ ਬੜੇ ਪਰੇਸ਼ਾਨ ਨੇ। ਦੇਖੋ ਜੀ, ਹੁਣ ਸਰਕਾਰ ਮਦਦ ਕਰੇ, ਅੱਗੇ ਇੱਥੇ ਸਾਡੇ ਆਉਂਦੇ ਹੁੰਦੇ ਸਿਵਲ ਹਸਪਤਾਲ ਤੋਂ ਡਾਕਟਰ ਨੇ ਆਉਣਾ ਤੇ ਕੁੱਤਿਆਂ ਨੂੰ ਵਾਰਾਂ ਨੂੰ ਦਵਾਈ ਪਾ ਕੇ ਚਲੇ ਜਾਣੀ, ਕੁੱਤਿਆਂ ਨੇ ਖਤਮ ਹੋ ਜਾਣਾ। ਹੁਣ ਇਹਨਾਂ ਨੂੰ ਕੁੱਤਿਆਂ ਨੂੰ ਮਾਰਨ ਦਾ ਵੀ ਬੈਨ ਲਾ ਦਿੱਤਾ ਤੇ ਕੁੱਤਿਆਂ ਨੇ ਗਰੀਬ ਪਰਿਵਾਰ ਦੇ ਬੱਚੇ ਖਾਣੇ ਸ਼ੁਰੂ ਕਰ ਦਿੱਤੇ ਆ। ਤੇ ਆਹ ਦੇਖੋ ਜਨਾਨੀ ਰਾਜ ਜਿਹੜੀ ਆਪਦੇ
ਗਾਂ ਵਾਸਤੇ ਪੱਠੇ ਲੈਣ ਗਈ ਆ, ਬਹੁਤ ਬੁਰੀ ਤਰ੍ਹਾਂ ਉਹਨੂੰ ਵਿਚਾਰੀ ਲੋਚ ਲੋਚ ਕੇ ਖਾ ਗਏ ਆ। ਇਸ ਤੋਂ ਪਹਿਲਾਂ ਵੀ ਇੱਕ ਜਨਾਨੀ ਨੂੰ ਖਾ ਗਏ ਆ, ਉਹ ਹਸਪਤਾਲ 'ਚ ਪਈ ਆ, ਇੱਕ ਬੱਚਾ ਬਿਲਕੁਲ ਹੀ ਉਹਨੂੰ ਛੱਡਿਆ ਨਹੀਂ ਕਦਮ ਦੇ, ਸਿਰਫ ਕੇਸ ਹੀ ਬੱਚੇ ਦੀ ਅਤੇ ਇੰਨਾ ਪ੍ਰਭਾਵ ਪਿਆ, ਸਾਡੇ ਬੱਚੇ ਡਰਦੇ ਹੁਣ ਸਕੂਲਾਂ 'ਚ ਜਾਣ ਨੂੰ ਤਿਆਰ ਨਹੀਂ ਹੈਗੇ ਵਿਚਾਰੇ, ਉਹ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ, ਬਹੁਤ ਜ਼ਿਆਦਾ ਭੈ ਪੈ ਗਿਆ। ਹਾਂਜੀ ਰਾਤ ਦਾ ਲੋਕ ਬੱਚੇ ਜਿਹੜੇ ਘਰਾਂ 'ਚ ਲੋਕ ਨਹੀਂ ਸੁੱਤੇ ਜੀ, ਵਾਹ ਤਬਾਹ ਹੋ ਗਈ ਹੈ ਜੀ, ਕਿਉਂਕਿ ਕੁੱਤੇ ਦਾ ਤਾਂ ਵੈਸੇ ਕੁੱਤੇ ਦਾ ਸੱਪ ਦਾ ਤੁਹਾਨੂੰ ਪਤਾ ਹੀ ਆ, ਬਹੁਤ ਜ਼ਿਆਦਾ ਪ੍ਰਭਾਵ, ਕਿਉਂਕਿ ਨਾ ਇਹ ਜਾ ਵੀ ਸਕਦਾ, ਕੰਧਾਂ ਟੱਪ ਕੇ ਵੀ ਜਾ ਸਕਦਾ, ਕੋਈ ਜਿੰਦਰਿਆ ਮੁੰਡਿਆਂ ਵਾਲੀ ਗੱਲ ਨਹੀਂ ਹੈਗੀ ਇਹਨਾਂ ਨੂੰ। ਅਤੇ ਸਰਕਾਰ ਗੜੀ ਹੱਥ ਬੰਨ੍ਹ ਕੇ ਬੇਨਤੀ ਆ ਜੀ, ਇਹਨਾਂ ਦੇ ਕੁੱਤਿਆਂ ਦਾ ਜ਼ਰੂਰ ਤੋਂ ਜ਼ਰੂਰ ਜਲਦੀ ਤੋਂ ਜਲਦੀ ਕਰਨ, ਚਾਹੇ ਇਹਨਾਂ ਨੂੰ ਫੜਨ ਚਾਹੇ ਮਾਰਨ, ਜੋ ਵੀ ਮਰਜ਼ੀ ਕਰਨ। ਇੱਥੇ ਜੀ ਹੁਣੇ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਰਾਤੀ ਕੱਲ੍ਹ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਅਤੇ ਉਹਦੀ ਡੈਥ ਹੋ ਗਈ ਆ। ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ, ਘਟਨਾ ਕੱਲ੍ਹ ਸ਼ਾਮ ਦੀ ਆ, ਸਾਨੂੰ ਹੁਣੇ ਮਿਲਿਆ ਖਬਰ ਅਤੇ ਹੁਣੇ ਮੈਂ ਇੱਥੇ ਮੌਕੇ 'ਤੇ ਆ ਗਿਆ। ਇਹ ਤੋਂ ਪਹਿਲਾਂ ਵੀ ਇਹਨਾਂ ਦੇ ਦੱਸਣ ਮੁਤਾਬਕ, ਪਿੰਡ ਵਾਲਿਆਂ ਦੱਸਣ ਮੁਤਾਬਕ ਪਹਿਲਾਂ ਵੀ ਇੱਕ ਦੋ ਘਟਨਾਵਾਂ ਹੋਈਆਂ ਇੱਥੇ, ਹਾਂਜੀ ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਅਤੇ ਇੱਕ ਇਹ ਹੋਈ ਆ, ਅਤੇ ਅਸੀਂ ਕਰ ਰਹੇ ਹਾਂ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ। ਕੁੱਤੇ ਅਵਾਰਾ ਕੁੱਤੇ ਨੇ, ਕੋਈ ਅੱਡਾ ਰੋਡੀ ਇੱਥੇ ਨੇੜੇ ਤੇੜੇ ਉੱਥੇ 15-20 ਕੁੱਤੇ ਬੈਠਦੇ ਨੇ ਅਤੇ ਉਹ ਅਕਸਰ ਅੱਜ ਕੱਲ੍ਹ ਇਨਸਾਨਾਂ ਨੂੰ ਵੱਢਣ ਲੱਗ ਪਏ ਆ, ਅਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਰਲ ਕੇ, SDM ਸਾਹਿਬ ਕੋਲ ਜਾਂਦੇ ਹਾਂ ਅਸੀਂ ਜੀ, ਪਿੰਡ ਵਾਲੇ ਵੀ ਜਾਣਗੇ, ਅਤੇ ਜੋ ਵੀ ਇਹਦਾ ਹੱਲ ਹੋਊਗਾ, ਇਲਾਕਾ ਨਿਵਾਸੀਆਂ ਨੂੰ ਮੈਂ ਇਹ ਯਕੀਨ ਦਵਾਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ।